ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਜਿਹੜਾ ਇਹ ਆਪਣੇ ਬਾਬਾ ਜੀ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਇਹ ਪਰੰਪਰਾ ਚਲਾਈ ਆ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤ ਛਕਾ ਕੇ ਨਸ਼ਿਆਂ ਤੋਂ ਦੂਰ ਕਰ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਦੋ ਚੀਜ਼ਾਂ ਬਹੁਤ ਭਾਰੀ ਆ, ਇੱਕ ਨਸ਼ਾ ਅਤੇ ਦੂਜਾ ਚੋਰ ਬਜ਼ਾਰੀ। ਨਸ਼ਾ ਇਸ ਵੇਲੇ ਇੰਨਾ ਘਰ ਕਰ ਚੁੱਕਿਆ ਕਿ ਕੋਈ ਕਹਿਣ ਦੀ ਗੱਲ ਨਹੀਂ। ਮਾਵਾਂ ਵਿਲਕਦੀਆਂ ਨੇ ਰੋਜ਼, ਮਾਵਾਂ ਦੇ ਅੱਥਰੂ ਦੇਖੇ ਨਹੀਂ ਜਾਂਦੇ। ਇਕੱਲੇ ਇਕੱਲੇ ਪੁੱਤ ਜਿਹੜੇ ਨਾੜਾਂ ਦੇ ਵਿੱਚ ਟੀਕੇ ਲਾ ਲਾ ਕੇ ਇਸ ਜਹਾਨ ਤੋਂ ਤੁਰ ਗਏ ਆ। ਭਾਈ ਸਾਹਿਬ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਹੈ। ਅੱਜ ਦੀ ਤਰੀਕ ਦੇ ਵਿੱਚ 90 ਤੋਂ ਵੱਧ ਸਿੰਘ ਜਿਹੜੇ ਇਸ ਵੇਲੇ ਉਹ ਪਿੰਡ ਜੱਲੂਪੁਰ ਖੈੜਾ ਵਿਖੇ, ਜਿੱਥੇ ਬਾਬਾ ਕਾਲਾ ਮਹਿਰ ਜੀ ਦਾ ਤਪ ਸਥਾਨ ਆ, ਉਸ ਗੁਰੂ ਘਰ ਦੇ ਵਿੱਚ ਜਿਹੜੇ 90 ਤੋਂ ਵੱਧ ਸਿੰਘ ਜਿਹੜੇ ਇਸ ਵੇਲੇ ਨਸ਼ੇ ਵਾਲੇ ਆ, ਉਹ ਰਹਿ ਰਹੇ ਆ। ਉਹਨਾਂ ਨੂੰ ਪ੍ਰੋਪਰ ਖੁਰਾਕ ਦਿੱਤੀ ਜਾ ਰਹੀ ਹੈ, ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ, ਅਤੇ ਉਹ ਆਪਣਾ ਜੀਵਨ ਬਿਲਕੁਲ ਵਧੀਆ ਤਰੀਕੇ ਨਾਲ ਬਸਰ ਕਰ ਰਹੇ ਆ। ਅਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਸਿੰਘ ਆ, ਬਿਲਕੁਲ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਨੇ ਅੰਮ੍ਰਿਤ ਛਕ ਲਿਆ ਅਤੇ ਕੁਝ ਕਰਿੰਦੇ ਆ, ਉਹ ਵੀ ਆਉਣ ਵਾਲੇ ਦਿਨਾਂ 'ਚ ਅੰਮ੍ਰਿਤ ਛਕ ਲੈਣਗੇ ਅਤੇ ਬਿਲਕੁਲ ਉਹ ਨਸ਼ੇ ਤੋਂ ਹੌਲੀ ਹੌਲੀ ਰਹਿਤ ਹੋ ਰਹੇ ਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇਸ ਕੋਹੜ ਨੂੰ ਛੱਡ ਦਿਓ, ਕੁਝ ਨਹੀਂ ਹੈਗਾ ਇਹਦੇ ਵਿੱਚ। ਘਰਾਂ ਦੇ ਘਰ ਬਰਬਾਦ ਹੋ ਚੁੱਕੇ ਨੇ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਜਿਨ੍ਹਾਂ ਦੇ ਇਕੱਲੇ ਇਕੱਲੇ ਪੁੱਤ ਸੀਗੇ, ਉਹ ਇਸ ਮਾਰੂ ਨਸ਼ੇ ਦੀ ਭੇਂਟ ਚੜ੍ਹ ਗਏ ਆ। ਸਰਕਾਰਾਂ ਨਾਕਾਮ ਰਹੀਆਂ ਇਸ ਨਸ਼ੇ ਨੂੰ ਰੋਕਣ ਲਈ। ਬਹੁਤ ਸਰਕਾਰਾਂ ਆਈਆਂ ਜਿਹੜੇ ਇਸ ਖਾਸ ਕਰਕੇ ਇਸ ਨਸ਼ੇ ਦੇ ਉੱਤੇ ਵਾਅਦੇ ਕਰਕੇ ਕਿ ਅਸੀਂ ਚੰਦ ਦਿਨਾਂ ਦੇ ਵਿੱਚ ਮੁਕਾ ਦੇਣਾ, ਕਿਸੇ ਨੇ ਕੁਝ ਨਹੀਂ ਕੀਤਾ। ਤੁਹਾਨੂੰ ਆਪਣੇ ਧੀਆਂ ਪੁੱਤਾਂ ਦੀ ਰਾਖੀ ਆਪ ਕਰਨੀ ਪੈਣੀ ਆ। ਇਸ ਕਰਕੇ ਮੈਂ ਸਮਝਦਾ ਵੀ ਅੱਜ ਦੀ ਤਰੀਕ ਦੇ ਵਿੱਚ ਖਾਲਸਾ ਵਹੀਰ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ, ਸੋਰੀ, ਜਿਹੜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੱਕ ਪਹੁੰਚਣੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ 20 ਦਸੰਬਰ ਤੱਕ, ਉਸ ਦਾ ਆਪਾਂ ਹਿੱਸਾ ਬਣੀਏ, ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਲੈ ਕੇ ਆਈਏ ਅਤੇ ਇਸ ਨਸ਼ੇ ਦਾ ਜਿਹੜਾ ਕੋਹੜ ਵੱਢੀਏ। ਕਿਹੜੇ ਕਿਹੜੀ ਜਗ੍ਹਾ ਤੋਂ ਮਤਲਬ ਹੋ ਗਿਆ ਜੀ ਅੰਮ੍ਰਿਤ ਛਕਾ ਕੇ? ਵੇਖੋ ਜੀ, ਸ੍ਰੀ ਅਕਾਲ ਤਖਤ ਸਾਹਿਬ ਤੋਂ 23 ਨਵੰਬਰ ਨੂੰ ਅਰਦਾਸ ਕਰਕੇ ਖਾਲਸਾ ਵਹੀਰ ਨੇ ਜਿਹੜੇ ਚਾਲੇ ਪਾਏ ਸੀ, ਉਸ ਤੋਂ ਬਾਅਦ ਦੇ ਵਿੱਚ ਜੰਡਿਆਲਾ, ਡੱਡੂਆਣਾ, ਫਿਰ ਭੋਏਵਾਲ, ਮਹਿਤਾ, ਬਾਬਾ ਬਕਾਲਾ ਸਾਹਿਬ ਅਤੇ ਮੀਆਂ ਮਿੰਟ ਅਤੇ ਕੱਲ੍ਹ ਦੀਆਂ ਫੌਜਾਂ ਜਿਹੜੀਆਂ ਖਡੂਰ ਸਾਹਿਬ 'ਚ ਡੇਰੇ ਲਾਏ ਆ। ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਗੁਰਦੁਆਰਾ ਤਪਿਆਣਾ ਸਾਹਿਬ ਦੇ ਵਿੱਚ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਗਤ ਗੁਰਦੁਆਰਾ ਤਪਿਆਣਾ ਸਾਹਿਬ, ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾ ਰਿਹਾ ਹੈ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾ ਰਿਹਾ ਹੈ, ਅੰਮ੍ਰਿਤ ਛੱਕ ਕੇ ਸਿੰਘ ਸੱਜੋ, ਨਸ਼ੇ ਛੱਡੋ ਅਤੇ ਕੋਹੜ ਵੱਢੋ। ਅੱਜ ਤੱਕ ਜੀ ਜਿਹੜੇ ਅੰਮ੍ਰਿਤ ਛਕਿਆ ਵਾ, ਕੱਲ੍ਹ ਵੀ ਇੱਥੇ ਖਡੂਰ ਸਾਹਿਬ ਦੇ ਜੰਮ ਛਕਾਇਆ ਗਿਆ ਅਤੇ ਕਿੰਨੇ ਮਤਲਬ ਲੋਕਾਂ ਨੇ ਅੰਮ੍ਰਿਤ ਛਕਿਆ? ਨਹੀਂ ਜੀ, ਕੱਲ੍ਹ ਖਡੂਰ ਸਾਹਿਬ ਦੇ ਵਿੱਚ ਨਹੀਂ ਅੰਮ੍ਰਿਤ ਸੰਚਾਰ ਹੋਇਆ, ਕੱਲ੍ਹ ਮੀਆਂ ਵਿੰਡ ਅੰਮ੍ਰਿਤ ਸੰਚਾਰ ਹੋਇਆ, ਜਿੱਥੇ ਤਕਰੀਬਨ 200 ਦੇ ਲਾਗੇ ਛਾਗੇ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਅੱਜ ਤੱਕ ਦੇ ਅੰਕੜੇ, ਜੇ ਮੈਂ ਗਲਤ ਨਾ ਹੋਵਾਂ, ਤਕਰੀਬਨ 700-750 ਦੇ ਕਰੀਬ ਵਹੀਰ ਦੇ ਚੱਲਦਿਆਂ ਜਿਹੜੇ ਸਿੰਘਾਂ ਨੇ ਅੰਮ੍ਰਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਅੱਜ ਤੁਸੀਂ ਖਡੂਰ ਸਾਹਿਬ ਦੇ ਵਿੱਚ ਆਏ ਬਾਬਾ ਜੀ ਅੰਮ੍ਰਿਤਪਾਲ ਜੀ ਦੇ ਨਾਲ, ਹਾਂਜੀ, ਅੰਮ੍ਰਿਤ ਛਕਾ ਰਹੇ ਆ, ਕੱਲ ਵੀ ਛਕਾਇਆ, ਅੱਜ ਵੀ ਅੰਮ੍ਰਿਤ ਮਤਲਬ ਛਕਾਉਣਾ ਵਾ, ਤੇ ਮਤਲਬ ਕੱਲ ਕਿੰਨੇ ਜਾਣਿਆਂ ਨੂੰ ਛਕਾਇਆ? ਬਹੁਤ ਵਧੀਆ ਇਹ ਭਾਈ ਸਾਹਿਬ ਜੀ ਕਰ ਰਹੇ ਆ, ਜਿਹੜੇ ਵੱਧ ਤੋਂ ਵੱਧ ਨੌਜਵਾਨ ਸਾਡੇ ਪਤਤ ਪੁਣੇ ਵੱਲ ਜਾ ਰਹੇ ਸੀ, ਗੁਰੂ ਘਰ ਦੇ ਨਾਲੋਂ ਟੁੱਟ ਰਹੇ ਸੀ, ਨਸ਼ਿਆਂ ਦੇ ਵਿੱਚ ਪੈ ਰਹੇ ਸੀ, ਉਹਨਾਂ ਨੂੰ ਆਪਣੇ ਨਾਲ ਆਪਣੇ ਬਿਆਨਾਂ ਦੇ ਨਾਲ ਪ੍ਰਭਾਵਿਤ ਕਰਕੇ ਵੱਧ ਤੋਂ ਵੱਧ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾ ਰਹੇ ਆ, ਅਤੇ ਆਪਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ, ਇਲਾਕੇ ਨੂੰ, ਦੇਸ਼ ਨੂੰ, ਪੰਜਾਬ ਨੂੰ, ਜਿੰਨਾ ਵੀ ਹੋ ਸਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ। ਇਹ ਪਹਿਲਾਂ ਮਤਲਬ ਕਿਹੜੀ ਜਗ੍ਹਾ ਛਕਾ ਗਿਆ? ਇਹ ਜੀ ਮੀਆਂ ਵਿੰਡ ਪਿੱਛੋਂ ਨਾਗੋ ਕੇ ਬਾਬਾ ਬਟਾਲਾ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਪੜਾਅ ਦਰ ਪੜਾਅ ਹੁੰਦੇ ਹੋਏ ਇਹ ਰਾਤ ਦੇ ਖਡੂਰ ਸਾਹਿਬ ਇੱਥੇ ਪਹੁੰਚ ਗਏ ਆ। ਅੱਜ ਸ਼ਾਮ ਨੂੰ ਇੱਥੋਂ ਅੱਗੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਨਗਰੀ ਨੂੰ, ਇਹ ਸਾਰਾ ਖਾਲਸਾ ਵਹੀਰ ਜਿਹੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਨਿਗਰਾਨੀ ਹੇਠ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਗਵਾਈ ਅੰਦਰ, ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅੰਦਰ ਇੱਥੋਂ ਗੋਇੰਦਵਾਲ ਸਾਹਿਬ ਨੂੰ ਰਵਾਨਾ ਹੋਵੇਗਾ ਅੱਜ ਸ਼ਾਮ ਨੂੰ ਜੀ। ਇਹ ਜਿਹੜਾ ਜੀ ਅੰਮ੍ਰਿਤ ਛਕਾ ਰਹੇ ਆ, ਇਹ ਮਤਲਬ ਕਿੰਨੀ ਜਗ੍ਹਾ 'ਤੇ ਛਕਾਏ ਜਾਣਗੇ? ਇਹ ਜੀ ਪੜਾਅ ਦਰ ਪੜਾਅ ਹੁੰਦੇ ਹੋਏ ਅਕਾਲ ਤਖਤ ਤੋਂ ਆਰੰਭ ਕਰਕੇ ਇਹ ਮੇਰੇ ਹਿਸਾਬ ਨਾਲ 6-7 ਥਾਵਾਂ 'ਤੇ ਅੱਜ ਤੱਕ 1 ਤਰੀਕ ਤੱਕ ਛਕਾ ਚੁੱਕੇ ਆ। ਇਸ ਤੋਂ ਪਹਿਲਾਂ ਵੀ ਖਡੂਰ ਸਾਹਿਬ ਕਿੰਨੇ ਦਿਨ ਰਹਿਣਾ? ਖਡੂਰ ਸਾਹਿਬ ਅੱਜ ਸ਼ਾਮ ਨੂੰ ਚੱਲ ਪੈਣਾ ਜੀ, ਅੱਜ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਬੜੀ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਇਲਾਕੇ ਦੇ ਨੇ, ਜਿਹੜੇ ਪੰਜਾਬ ਦੇ ਨੇ, ਉਹ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਨਾਲ ਜੁੜ ਰਹੇ ਹੈ ਅਤੇ ਅੰਮ੍ਰਿਤ ਛੱਟ ਰਹੇ ਆ, ਨਾਲ ਉਹਨਾਂ ਦੇ ਸੇਵਾਵਾਂ ਨਿਭਾ ਰਹੇ ਆ ਜੀ। ਜਿਹੜੇ ਨੌਜਵਾਨ ਪੀੜ੍ਹੀ ਆ ਜੀ, ਇਹ ਮਤਲਬ ਕਿੰਨਾ ਕੁ ਬਾਬਾ ਜੀ ਦੇ ਕਹਿਣ ਤੇ ਕੱਲ ਅੰਮ੍ਰਿਤ ਛਕਿਆ ਜੀ ਇਹਨਾਂ ਨੇ? ਇਹ ਜੀ ਵੇਖੋ, 240 ਪ੍ਰਾਣੀ ਜਿਹੜੇ ਹੈ ਉਹ ਕੱਲ ਮੀਆਂ ਵਿੰਡ ਦੀ ਧਰਤੀ 'ਤੇ, ਇੱਕ ਛੋਟਾ ਜਿਹਾ ਨਗਰ ਹੈ ਮੀਆਂ ਵਿੰਡ, ਸਾਡਾ ਇਲਾਕਾ ਹੈ, ਅਸੀਂ ਸਾਰੇ ਇਲਾਕੇ ਨੂੰ ਜਾਣਦੇ ਹਾਂ, ਸਾਡਾ ਜਥਾ ਵੀ ਹੈ,
ਕਵੀਸ਼ਰ ਜਥਾ ਹੈ, ਅਸੀਂ ਸਾਰੇ ਨਗਰਾਂ ਦੇ ਵਿੱਚ ਵਿਚਰਦੇ ਹਾਂ। ਛੋਟਾ ਜਿਹਾ ਨਗਰ ਹੈ ਇੱਕ ਮੀਆਂ ਵਿੰਡ, ਉਸ ਨਗਰ ਦੇ ਵਿੱਚੋਂ 240 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ। ਅਤੇ ਅੱਜ ਖਡੂਰ ਸਾਹਿਬ ਦੀ ਪਾਵਨ ਨਗਰੀ ਹੈ, ਇਹ ਬੜੀ ਪਵਿੱਤਰ ਧਰਤੀ ਹੈ ਅਤੇ ਬੜਾ ਵੱਡਾ ਸ਼ਹਿਰ ਹੈ, ਬੜਾ ਵੱਡਾ ਪਿੰਡ ਹੈ। ਇੱਥੇ ਹੋ ਸਕਦਾ ਹੈ ਕਿ 600-700 ਤੋਂ ਵੱਧ ਪ੍ਰਾਣੀ ਜਿਹੜਾ ਹੈ ਉਹ ਅੰਮ੍ਰਿਤ ਅੱਜ ਛਕੇਗਾ ਜੀ। ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਨੌਜਵਾਨਾਂ ਨੂੰ ਵੀਰ ਜੀ ਇਹੋ ਸੰਦੇਸ਼ ਹੈ ਜਿਹੜੇ ਨਸ਼ੇ ਦੇ ਵਿੱਚ ਮਤਲਬ ਅੱਜ ਕੱਲ੍ਹ ਡੁੱਬੇ ਹੋਏ ਹਨ। ਹਾਂ ਵੀਰ ਜੀ, ਨੌਜਵਾਨਾਂ ਨੂੰ ਇਹੋ ਸੰਦੇਸ਼ ਹੈ ਕਿ ਵੱਧ ਤੋਂ ਵੱਧ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਸਾਥ ਦਈਏ। ਜਿਹੜੇ ਨਸ਼ੇ ਹੈ ਇਹ ਸਰਕਾਰਾਂ ਨੇ ਸਾਨੂੰ ਮਾਰਨ ਵਾਸਤੇ, ਡੋਬਣ ਵਾਸਤੇ, ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਇਸ ਪੰਜਾਬ ਦੇ ਵਿੱਚ ਧਕੇਲੇ ਹੈ। ਇਹ ਕੌਮ ਜਿਹੜੀ ਹੈ ਇਹ ਤਲਵਾਰਾਂ ਨਾਲ, ਤੀਰਾਂ ਨਾਲ, ਤੋਪਾਂ ਨਾਲ ਖਤਮ ਹੋਣ ਵਾਲੀ ਨਹੀਂ। ਇਹਨਾਂ ਨੇ ਸੋਚਿਆ ਕਿ ਇਸ ਕੌਮ ਨੂੰ ਨਸ਼ੇ ਰਾਹੀਂ ਖਤਮ ਕੀਤਾ ਜਾ ਸਕਦਾ ਹੈ। ਨੌਜਵਾਨਾਂ ਨੂੰ ਹੱਥ ਜੋੜ ਕੇ ਅਸੀਂ ਸਮੁੱਚੇ ਵਹੀਰ ਵੱਲੋਂ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਸਾਥ ਦਈਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਜੁੜਨਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਣੀ ਆਪਣੇ ਨਾਲ ਨਹੀਂ ਜੋੜ ਰਹੇ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਧਰਮ ਹੈ, ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਉਹਨਾਂ ਨੇ ਬਚਨ ਕੀਤੇ ਹੈ, ਉਹਨਾਂ ਬਚਨਾਂ ਦੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਇਹ ਵਹੀਰ ਨੂੰ ਚਲਾ ਰਹੇ ਹੈ।